ਸਵੇਰੇ 5 ਵਜੇ ਆਪਣੇ ਉਰੇ ਇੱਕ ਸਾਨੂੰ ਫੋਨ ਆਇਆ ਵੀ ਚੋਰੀ ਹੋ ਰਹੀ ਆ ਤੁਹਾਡੀ ਦੁਕਾਨ ਤੇ, ਚੋਰ ਨੇ ਸ਼ਟਰ ਸ਼ੁਟਰ ਪੱਟ ਰੱਖਿਆ ਤੇ ਆ ਕੇ ਅਸੀਂ ਫਿਰ ਵੀ ਤੁਸੀਂ ਆਓ ਫਟਾਫਟ, ਚੋਰ ਭੱਜ ਗਏ। ਅਸੀਂ ਆਏ ਹਾਂ ਤੇ ਮੌਕੇ 'ਤੇ ਦੇਖਿਆ ਵੀ ਸ਼ਟਰ ਸਾਰਾ ਪੱਟ ਰੱਖਿਆ ਤੇ ਸਾਨੂੰ ਪਹਿਲਾਂ ਐਂ ਸੀ ਸ਼ਾਇਦ ਅੰਦਰ ਨਹੀਂ ਵੜੇ, ਤੇ ਦੇਖਿਆ ਸ਼ਟਰ ਚੱਕ ਕੇ ਸ਼ਟਰ ਪੱਟ ਰੱਖਿਆ ਸੀ, ਸ਼ਟਰ ਅੰਦਰ ਵੜਿਆ ਜਾ ਰਿਹਾ ਸੀਗਾ, ਮਤਲਬ ਨੀਚੋਂ ਨਹੀਂ ਚੱਕ ਕੇ ਚਾਰ ਪੰਜ ਪੱਤੀਆਂ ਚੱਕ ਕੇ ਅੰਦਰ ਵੜੇ ਹੋਏ ਸੀ ਬੰਦੇ। 5 ਬੰਦੇ ਸੀਗੇ, ਸਵਿਫਟ ਗੱਡੀ ਸੀ, ਇੱਕ ਬੰਦਾ ਗੱਡੀ 'ਚ ਬੈਠਾ ਸੀ, ਚਾਰ ਬੰਦਿਆਂ ਨੇ ਸ਼ਟਰ ਪੱਟਿਆ ਅਤੇ ਅਸੀਂ ਖੋਲ੍ਹ ਕੇ ਅੰਦਰ ਚੈੱਕ ਕਰਿਆ ਸ਼ਟਰ ਦੂਜਾ ਚੱਕ ਕੇ ਛੋਟੇ ਵਾਲਾ ਅਤੇ ਗੱਲਾ ਸਾਰਾ ਖਾਲੀ ਕਰ ਗਏ ਅਤੇ ਉਸ ਤੋਂ ਬਾਅਦ ਮੈਂ ਰਿਪੋਰਟ ਲਿਖਾਉਣ ਗਿਆ ਥਾਣੇ, ਮੁਨਸ਼ੀ ਸਾਹਿਬ ਮਿਲੇ, ਉਹਨਾਂ ਨੂੰ ਦੱਸਿਆ ਵੀ ਐਂ ਕਰਕੇ ਵੀ ਭਾਈ ਆਹ ਕੰਮ ਹੋ ਗਿਆ। ਕਹਿੰਦੇ ਅਸੀਂ ਬੰਦੇ ਨਾਲ ਦੀ ਨਾਲ ਹੀ ਅਸੀਂ ਭੇਜਦੇ ਸੀਗੇ ਅਤੇ ਬਾਜ਼ਾਰ 'ਚ ਆ ਗਏ ਅਤੇ ਸਾਡੇ ਕੋਲ ਆ ਕੇ ਉਸ ਟਾਈਮ ਅਗਲਾ ਇੱਕ ਵਾਰ ਆ ਕੇ ਮਿਲ ਕੇ ਫੋਟੋ ਖਿੱਚ ਕੇ ਵੱਗ ਗਿਆ ਅਤੇ ਅਸੀਂ ਕਿਹਾ ਵੀ ਐਂ ਕਰਕੇ ਚੋਰੀ ਹੋ ਗਈ ਨਾਲ ਥਾਣਾ ਹੈ, ਵੀ ਐਵੇਂ ਹੋਣੀ ਤਾਂ ਨਹੀਂ ਚਾਹੀਦੀ ਨੇੜੇ ਨਾਲ ਥਾਣੇ ਦੇ ਨਾਲ। ਚਾਰ ਦੁਕਾਨਾਂ 'ਤੇ ਚੋਰੀ ਹੋਈ ਹੈ ਜੀ, ਸਵੇਰੇ ਮਤਲਬ 5-5, 10-10 ਮਿੰਟ 'ਤੇ ਫੇਰਤੀ ਹੋਈ ਹੈ ਅਤੇ ਮੈਂ ਕਿਹਾ ਐਂ ਕਰਕੇ ਚੋਰੀ ਹੋ ਗਈ। ਕਹਿੰਦੇ ਚੋਰੀ ਤਾਂ ਦੇਖੋ ਜੀ, ਉਹਨਾਂ ਨੇ ਇਹ ਗੱਲ ਬੋਲੀ ਹੈ ਮੁਨਸ਼ੀ ਸਾਹਿਬ ਨੇ, ਕਹਿੰਦੇ ਚੋਰੀ ਤਾਂ ਦੇਖੋ ਬਾਬੇ ਨਾਨਕ ਦੇ ਟਾਈਮ 'ਤੇ ਹੁੰਦੀਆਂ ਆ ਰਹੀਆਂ ਨੇ, ਜਿਹੜੀ ਕਿ ਗੱਲ ਬੋਲਣੀ ਨਹੀਂ ਚਾਹੀਦੀ ਸੀ, ਵੀ ਇਹ ਤਾਂ ਕੋਈ ਮਤਲਬ ਨਾ ਹੋਇਆ ਫਿਰ ਤਾਂ ਬੰਦਾ ਕੋਈ ਵੀ ਹੈ ਸੇਫ ਨਹੀਂ ਹੈ। ਅੱਜ ਮੈਨੂੰ ਪਤਾ ਲੱਗਿਆ ਜੀ ਸਵੇਰੇ ਕੋਈ 5 ਵਜੇ ਤੋਂ ਬਾਅਦ ਜਿਹੜੀਆਂ 4 ਕੁ ਦੁਕਾਨਾਂ ਦੇ ਵਿੱਚ ਚੋਰੀ ਹੋਈ ਆ ਅਤੇ ਇਹਦੇ ਵਿੱਚ CCTV ਫੁਟੇਜ ਵਗੈਰਾ ਅਸੀਂ ਦੇਖ ਰਹੇ ਹਾਂ ਅਤੇ ਇੱਕ ਸਵਿਫਟ ਕਾਰ ਆ ਰਹੀ ਹੈ, ਵੀ ਪਤਾ ਲੱਗਿਆ ਵੀ ਇਸੇ ਤਰ੍ਹਾਂ ਦੀ ਜਿਹੜੀ ਕੁਝ ਦਿਨ ਪਹਿਲਾਂ ਨਿਰਵਾਣੇ ਵੀ ਹੋਈਆਂ ਆ ਅਤੇ ਅਸੀਂ CCTV ਫੁਟੇਜ ਅਤੇ ਹੋਰ ਜਿਹੜੇ ਵੀ ਹੈਗੇ ਕਲਿਊ ਲੈ ਕੇ ਕਰ ਰਹੇ, ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ ਪੁਲਿਸ PCR ਦੀ ਡਿਊਟੀ ਨਹੀਂ ਹੁੰਦੀ ਜੀ ਸੁਬਾਹ 5 ਵਜੇ ਚੋਰੀਆਂ? ਇਹ ਚੈੱਕ ਕਰਾਂਗੇ ਜੀ, ਇਹ ਵੀ ਚੈੱਕ ਕਰਾਂਗੇ ਵੀ ਕਿਹਦੀ ਉਸ ਬੀਟ 'ਤੇ ਡਿਊਟੀ ਸੀ ਅਤੇ ਕੀ ਜੇ ਕਿਸੇ ਦੀ ਨੈਗਲੀਜੈਂਸੀ ਹੋਈ ਤਾਂ ਉਹਦੇ ਖਿਲਾਫ ਕਾਰਵਾਈ ਵੀ ਕਰਾਂਗੇ। ਸਰ ਮੁਨਸ਼ੀ ਜੀ ਨੇ ਕਿਸੇ ਦੁਕਾਨਦਾਰ ਨੂੰ ਕਿਹਾ ਕਿ ਵੀ ਬਾਬਾ ਨਾਨਕ ਜੀ ਵੇਲੇ ਵੀ ਚੋਰੀਆਂ ਹੁੰਦੀਆਂ? ਦੇਖੋ ਮੇਰੇ ਧਿਆਨ ਦੇ ਵਿੱਚ ਇਹ ਗੱਲ ਹੈ ਨਹੀਂ ਜੀ, ਇਹ ਵੀ ਚੈੱਕ ਕਰਾਂਗੇ, ਜੇ ਕੋਈ ਇਹੋ ਜਿਹੀ ਗੱਲ ਹੋਈ ਤਾਂ ਉਸ ਮੁਤਾਬਕ ਅੱਗੇ ਅਸੀਂ ਇਹਦੀ ਪੜਤਾਲ ਕਰਾਂਗੇ। 5 ਵਜੇ ਦੇ ਕਰੀਬ 5 ਵਿਅਕਤੀ ਆਏ ਅਤੇ ਤਾਲਾ ਤੋੜ ਕੇ ਚਲੇ ਗਏ ਅਤੇ ਅੰਦਰੋਂ ਸਾਡੇ ਕੈਸ਼ ਲੈ ਗਏ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ? ਸਾਨੂੰ ਫੋਨ ਆਏ ਨੇ ਜੀ, ਨਿਊਜ਼ ਪੇਪਰ ਵਾਲੇ ਨੇ ਵੀ ਦੱਸਿਆ, ਨਿਊਜ਼ ਪੇਪਰ ਵਾਲੇ ਦਾ ਨੰਬਰ ਵੀ ਨੋਟ ਕਰਾ ਲਿਆ ਸਵਿਫਟ ਦਾ ਅਤੇ ਬਾਕੀ ਉਹਨਾਂ ਦੇ ਸਾਡੇ ਕੋਲ CCTV ਫੁਟੇਜ ਵੀ ਹੈਗੀ, ਉਹਨਾਂ ਦੇ ਮਾਸਕ ਪਾਇਆ ਹੋਇਆ ਸੀਗਾ, ਗਲਵਸ ਪਾਏ ਹੋਏ ਨੇ ਤਾਂ ਕਿ ਫਿੰਗਰ ਪ੍ਰਿੰਟਿੰਗ ਨੋਟਿੰਗ ਨਾ ਹੋਵੇ ਅਤੇ ਮੈਂ ਤਾਂ ਇਹੀ ਚਾਹੁੰਦਾ ਜੀ ਕਿ ਮਤਲਬ ਇਸ 'ਤੇ ਐਕਸ਼ਨ ਲਿੱਤਾ ਜਾਵੇ। ਅਤੇ ਜਿੰਨੀਆਂ ਕਿ ਚੋਰੀਆਂ ਹੋਈਆਂ ਨੇ ਮਾਰਕੀਟ ਅੱਗੇ ਹੋਰ 3 ਦੁਕਾਨਾਂ ਦੇ ਹੋਰ ਹੋਈਆਂ ਨੇ ਜੀ, ਸਾਡੀ ਮਿਲਾ ਕੇ 4 ਨੇ, ਹਜੇ ਤੱਕ ਤਾਂ 4 ਪਤਾ ਚੱਲੀਆਂ ਨੇ, ਬਾਕੀ ਹੋਰ ਕਿੰਨੀਆਂ ਦੇ ਹੋਈਆਂ ਨੇ ਕੁਛ ਹਲੇ ਆਈਡੀਆ ਨਹੀਂ ਹੈਗਾ ਜੀ। ਪੁਲਿਸ ਆਈ ਜਾਂ ਕੀ ਕਹਿੰਦੀ? ਪੁਲਿਸ ਆ ਕੇ ਚਲੇ ਗਏ, ਕਹਿੰਦੇ FIR ਕਰਾ ਦਿਓ ਜੀ, ਹੁਣ ਬਸ ਕਰਾਉਣਾ, ਦੇਖੋ ਕੀ ਬਣਦਾ ਜੀ, ਐਕਸ਼ਨ ਕਿਹੜਾ ਹੁੰਦਾ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।